डियर स्टूडेंट्स, आज आपां क्लास सिक्स चैप्टर नंबर फर्स्ट भोजन एक कित्थों आउंदा है, फूड वेयर डस इट कम फ्रॉम, इस दे अभ्यास दे प्रश्न उत्तर समझांगे। सब तो पहला अभ्यास दे विच जो प्रश्न है ਉਹ ਹੈ ਆਪਣੇ ਕੋਲੇ ਖਾਲੀ ਥਾਵਾਂ ਭਰੋ। ਭੋਜਨ ਪਦਾਰਥ ਬਣਾਉਣ ਲਈ ਲੋੜੀਂਦੇ ਸਮਾਨ ਨੂੰ ਡੈਸ਼ ਆਖਦੇ ਹਨ। ਭੋਜਨ ਪਦਾਰਥ ਬਣਾਉਣ ਲਈ ਲੋੜੀਂਦੇ ਸਮਾਨ ਨੂੰ ਡੈਸ਼ ਆਖਦੇ ਹਨ, ਠੀਕ ਹੈ। ਉਸ ਨੂੰ ਕੀ ਆਖਦੇ ਆ ਬੇਟਾ ਆਪਾਂ? ਸਮੱਗਰੀ। ਆਂਡੇ ਦੇ ਚਿੱਟੇ ਭਾਗ ਨੂੰ ਡੈਸ਼ ਕਹਿੰਦੇ ਹਨ। ਆਂਡੇ ਦੇ ਚਿੱਟੇ ਭਾਗ ਨੂੰ ਡੈਸ਼ ਕਹਿੰਦੇ ਹਨ। ਬੇਟਾ ਤੁਸੀਂ ਸਭ ਨੇ ਆਂਡਾ ਦੇਖਿਆ ਹੋਣਾ। ਆਂਡੇ ਦੇ ਵਿੱਚ ਕੀ ਹੁੰਦਾ? ਦੋ ਪਾਰਟ ਹੁੰਦੇ ਨੇ। ਜੋ ਬਾਹਰ ਵਾਲੀ ਲੇਅਰ ਹੈ, ਆਊਟਰ ਲੇਅਰ, ਉਹ ਵਾਈਟ ਕਲਰ ਦੀ ਹੁੰਦੀ ਹੈ, ਅਤੇ ਜੋ ਅੰਦਰ ਵਾਲੀ ਲੇਅਰ ਹੈ ਆਂਡੇ ਦੇ ਵਿੱਚ, ਉਹ ਯੈਲੋ ਕਲਰ ਦੀ ਹੁੰਦੀ ਹੈ। ਜੋ ਬਾਹਰ ਵਾਲੀ ਲੇਅਰ ਹੈ ਬੇਟਾ, ਉਸਨੂੰ ਆਪਾਂ ਐਲਬੂਮਿਨ ਕਹਿੰਦੇ ਹਾਂ। ਬਾਹਰ ਵਾਲੀ ਲੇਅਰ ਨੂੰ ਕੀ ਕਹਿੰਦੇ ਹਾਂ ਆਪਾਂ? ਐਲਬੂਮਿਨ। ਮਤਲਬ ਜੋ ਵਾਈਟ ਵਾਲਾ ਪਾਰਟ ਹੈ ਉਸਨੂੰ ਕੀ ਬੋਲਦੇ ਹਾਂ? ਐਲਬੂਮਿਨ। ਅਤੇ ਜੋ ਅੰਦਰ ਵਾਲਾ ਪਾਰਟ ਹੁੰਦਾ ਹੈ ਉਸਨੂੰ ਬੋਲਦੇ ਹਾਂ ਯੋਲਕ। ਅੰਦਰ ਵਾਲੇ ਪਾਰਟ ਨੂੰ ਕੀ ਬੋਲਦੇ ਹਾਂ ਆਪਾਂ? ਯੋਲਕ। ਪੌਦੇ ਡੈਸ਼ ਕਿਰਿਆ ਰਾਹੀਂ ਆਪਣਾ ਭੋਜਨ ਆਪ ਤਿਆਰ ਕਰਦੇ ਹਨ। ਪੌਦੇ ਡੈਸ਼ ਕਿਰਿਆ ਰਾਹੀਂ ਆਪਣਾ ਭੋਜਨ ਆਪ ਤਿਆਰ ਕਰਦੇ ਹਨ। ਬੇਟਾ ਉਸ ਕਿਰਿਆ ਨੂੰ ਬੋਲਦੇ ਹਾਂ ਆਪਾਂ ਪ੍ਰਕਾਸ਼ ਸੰਸਲੇਸ਼ਨ, ਠੀਕ ਹੈ। ਉਸ ਕਿਰਿਆ ਨੂੰ ਬੋਲਦੇ ਹਾਂ ਆਪਾਂ ਪ੍ਰਕਾਸ਼ ਸੰਸਲੇਸ਼ਨ। ਨੈਕਸਟ ਹੈ ਸਰ੍ਹੋਂ ਦੇ ਡੈਸ਼ ਅਤੇ ਡੈਸ਼ ਭੋਜਨ ਦੇ ਤੌਰ 'ਤੇ ਵਰਤੇ ਜਾਂਦੇ ਹਨ। ਸਰ੍ਹੋਂ ਦੇ ਬੀਜ ਅਤੇ ਪੱਤੇ ਭੋਜਨ ਦੇ ਤੌਰ 'ਤੇ ਵਰਤੇ ਜਾਂਦੇ ਹਨ। ਸ਼ਹਿਦ ਦੀ ਮੱਖੀ ਫੁੱਲਾਂ ਤੋਂ ਡੈਸ਼ ਇਕੱਠਾ ਕਰਦੀ ਹੈ। ਸ਼ਹਿਦ ਦੀ ਮੱਖੀ ਫੁੱਲਾਂ ਤੋਂ ਰਸ ਇਕੱਠਾ ਕਰਦੀ ਹੈ। ਤੁਹਾਨੂੰ ਸਭ ਨੂੰ ਪਤਾ ਹੈ ਕਿ ਜੋ ਸ਼ਹਿਦ ਦੀ ਮੱਖੀ ਹੈ ਉਹ ਫੁੱਲਾਂ ਤੋਂ ਰਸ ਇਕੱਠਾ ਕਰਕੇ ਰਸ ਨੂੰ ਚੇਂਜ ਕਰ ਦਿੰਦੀ ਹੈ, ਰਸ ਨੂੰ ਬਦਲ ਦਿੰਦੀ ਹੈ ਸ਼ਹਿਦ ਦੇ ਵਿੱਚ, ਠੀਕ ਹੈ। ਫੁੱਲਾਂ ਤੋਂ ਰਸ ਲੈ ਕੇ, ਸਭ ਤੋਂ ਪਹਿਲਾਂ ਫੁੱਲਾਂ ਤੋਂ ਰਸ ਲੈਂਦੀ ਹੈ ਅਤੇ ਰਸ ਨੂੰ ਚੇਂਜ ਕਰ ਦਿੰਦੀ ਹੈ ਸ਼ਹਿਦ ਦੇ ਵਿੱਚ। ਨੈਕਸਟ ਪ੍ਰਸ਼ਨ ਹੈ ਬੇਟਾ, ਸਹੀ ਜਾਂ ਗਲਤ ਲਿਖੋ। ਸਾਰੇ ਜਾਨਵਰ ਮਾਸਾਹਾਰੀ ਹੁੰਦੇ ਹਨ। ਕਿ ਸਾਰੇ ਜਾਨਵਰ ਮਾਸਾਹਾਰੀ ਹੁੰਦੇ ਹਨ? ਬੇਟਾ ਗਲਤ ਹੈ ਇਹ, ਸਾਰੇ ਜਾਨਵਰ ਮਾਸਾਹਾਰੀ ਨਹੀਂ ਹੁੰਦੇ। ਕੁਛ ਜਾਨਵਰ ਸ਼ਾਕਾਹਾਰੀ ਵੀ ਹੁੰਦੇ ਹਨ ਅਤੇ ਕੁਛ ਜਾਨਵਰ ਮਾਸਾਹਾਰੀ ਵੀ ਹੁੰਦੇ ਹਨ। ਸ਼ਕਰਕੰਦ ਦੀ ਜੜ੍ਹ ਨੂੰ ਭੋਜਨ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਬਿਲਕੁਲ ਸਹੀ ਹੈ ਬੇਟਾ, ਸ਼ਕਰਕੰਦ ਦੀ ਜੜ੍ਹ ਨੂੰ ਭੋਜਨ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਪੋਸ਼ਣ ਦੇ ਪੱਖ ਤੋਂ ਆਂਡਾ ਇੱਕ ਵਧੀਆ ਭੋਜਨ ਪਦਾਰਥ ਨਹੀਂ ਹੈ ਕਿਉਂਕਿ ਇਸ ਵਿੱਚ ਪ੍ਰੋਟੀਨ ਨਹੀਂ ਹੁੰਦਾ। ਗਲਤ ਹੈ ਬੇਟਾ ਇਹ। ਹੁਣੇ ਆਪਾਂ ਦੇਖਿਆ ਸੀਗਾ ਕਿ ਆਂਡੇ ਦੇ ਬਾਹਰ ਵਾਲਾ ਪਾਰਟ ਹੈ ਉਸਨੂੰ ਕੀ ਬੋਲਦੇ ਹਾਂ? ਚਿੱਟੇ ਰੰਗ ਦਾ ਪਾਰਟ ਹੁੰਦਾ ਉਸਨੂੰ ਬੋਲਦੇ ਐਲਬੂਮਿਨ, ਉਸ ਦੇ ਵਿੱਚ ਪ੍ਰੋਟੀਨ ਹੁੰਦਾ। ਬਟ ਇਹ ਕਹਿ ਰਹੇ ਆ ਕਿ ਆਂਡੇ 'ਚ ਪ੍ਰੋਟੀਨ ਨਹੀਂ ਹੁੰਦਾ, ਇਸ ਕਰਕੇ ਇਹ ਗਲਤ ਹੈ। ਗੰਨੇ ਦੇ ਤਣੇ ਨੂੰ ਜੂਸ, ਚੀਨੀ ਅਤੇ ਗੁੜ ਬਣਾਉਣ ਲਈ ਵਰਤਿਆ ਜਾਂਦਾ ਹੈ। ਬਿਲਕੁਲ ਸਹੀ ਹੈ ਬੇਟਾ ਇਹ। ਤੁਹਾਨੂੰ ਸਭ ਨੂੰ ਪਤਾ ਹੈ ਕਿ ਗੰਨੇ ਤੋਂ ਹੀ ਆਪਾਂ ਨੂੰ ਚੀਨੀ ਮਿਲਦੀ ਹੈ ਅਤੇ ਗੰਨੇ ਤੋਂ ਹੀ ਆਪਾਂ ਗੁੜ ਬਣਾਉਂਦੇ ਹਾਂ ਅਤੇ ਗੰਨੇ ਦਾ ਜੂਸ ਤੁਸੀਂ ਨੋਰਮਲ ਆਪਣੇ ਪਿੰਡਾਂ ਦੇ ਵਿੱਚ ਪੀਤਾ ਹੀ ਹੋਣਾ। ਨੈਕਸਟ ਹੈ ਬੇਟਾ, ਮੱਖਣ, ਦਹੀਂ ਅਤੇ ਸ਼ਹਿਦ ਦੁੱਧ ਤੋਂ ਬਣੇ ਪਦਾਰਥ ਹਨ। ਤੁਹਾਨੂੰ ਸਭ ਨੂੰ ਪਤਾ ਹੈ ਮੱਖਣ ਦੁੱਧ ਤੋਂ ਬਣਦਾ ਹੈ, ਦਹੀਂ ਦੁੱਧ ਤੋਂ ਬਣਦੀ ਹੈ, ਬਟ ਸ਼ਹਿਦ ਦੁੱਧ ਤੋਂ ਨਹੀਂ ਬਣਦਾ, ਜਿਸ ਕਰਕੇ ਇਹ ਆਂਸਰ ਵੀ ਕੀ ਹੈ? ਗਲਤ ਹੈ। ਨੈਕਸਟ ਹੈ ਬੇਟਾ, ਆਪਾਂ ਕੋਲਮ ਓ ਅਤੇ ਕੋਲਮ ਆੜੇ ਨੂੰ ਆਪਸ ਦੇ ਵਿੱਚ ਮਿਲਾਉਣਾ ਹੈ, ਠੀਕ ਹੈ। ਕੋਲਮ ਊੜਾ ਅਤੇ ਕੋਲਮ ਆੜੇ ਨੂੰ ਆਪਸ ਦੇ ਵਿੱਚ ਮਿਲਾਉਣਾ ਹੈ। ਹੁਣ ਜੋ ਆਂਸਰ ਦਿੱਤੇ ਹੋਏ ਹਨ ਇਹ ਆਂਸਰ ਬਿਲਕੁਲ ਸਹੀ ਸਹੀ ਹਨ। ਗਾਜਰ ਆਪਾਂ ਨੂੰ ਜੜ ਦੇ ਰੂਪ ਵਿੱਚ ਮਿਲਦੀ ਹੈ। ਛੋਲੇ ਅਤੇ ਮਟਰ ਆਪਾਂ ਦਾਲਾਂ ਦੇ ਰੂਪ ਵਿੱਚ ਯੂਜ਼ ਕਰਦੇ ਹਾਂ। ਕਣਕ ਅਤੇ ਚਾਵਲ ਨੂੰ ਆਪਾਂ ਅਨਾਜ ਦੇ ਰੂਪ ਵਿੱਚ ਵਰਤਦੇ ਹਾਂ। ਆਲੂ
ਆਪਾਂ ਨੂੰ ਤਣੇ ਦੇ ਰੂਪ ਵਿੱਚ ਮਿਲਦਾ ਹੈ। ਤਣਾ ਮਤਲਬ ਸਟੈਮ, ਤਣੇ ਨੂੰ ਕੀ ਬੋਲਦੇ ਹਾਂ ਆਪਾਂ, ਸਟੈਮ। ਅਤੇ ਸੰਤਰੇ ਨੂੰ ਆਪਾਂ ਐਜ਼ ਏ ਫਰੂਟ ਜਾਂ ਫਲ ਯੂਜ਼ ਕਰਦੇ ਹਾਂ, ਸੰਤਰੇ ਨੂੰ ਆਪਾਂ ਐਜ਼ ਏ ਫਰੂਟ ਜਾਂ ਫਲ ਯੂਜ਼ ਕਰਦੇ ਹਾਂ। ਨੈਕਸਟ ਹੈ ਬੇਟਾ, ਚੌਥਾ ਪ੍ਰਸ਼ਨ ਹੈ ਆਪਣਾ, ਸਹੀ ਉੱਤਰ ਦੀ ਚੋਣ ਕਰੋ। ਹੇਠ ਲਿਖਿਆ ਵਿੱਚੋਂ ਕਿਹੜਾ ਸਰਬਹਾਰੀ ਜਾਨਵਰ ਹੈ, ਹੇਠ ਲਿਖਿਆ ਵਿੱਚੋਂ ਕਿਹੜਾ ਸਰਬਹਾਰੀ ਜਾਨਵਰ ਹੈ। ਸਰਬਹਾਰੀ ਜਾਨਵਰ ਕਿਹੜੇ ਹੁੰਦੇ ਹਨ? ਸਰਬਹਾਰੀ ਜਾਨਵਰ ਉਹ ਹੁੰਦੇ ਹਨ ਜੋ ਮਾਸਾਹਾਰੀ ਵੀ ਹੋਣ ਅਤੇ ਸ਼ਾਕਾਹਾਰੀ ਵੀ ਹੋਣ, ਠੀਕ ਹੈ। ਇਸ ਦੇ ਵਿੱਚੋਂ ਜੋ ਫਸਟ ਆਪਸ਼ਨ ਹੈ ਉਹ ਹੈ ਸ਼ੇਰ, ਦੂਸਰਾ ਆਪਸ਼ਨ ਹੈ ਬਾਜ, ਤੀਸਰਾ ਆਪਸ਼ਨ ਹੈ ਹਿਰਨ, ਚੌਥਾ ਕਾਂ। ਪਹਿਲੇ ਤਿੰਨੇ ਆਪਸ਼ਨ ਗਲਤ ਹਨ। ਸ਼ੇਰ ਇੱਕ ਮਾਸਾਹਾਰੀ ਹੈ, ਤੁਹਾਨੂੰ ਸਭ ਨੂੰ ਪਤਾ ਹੈ। ਤਾਂ ਆਂਸਰ ਇਸਦਾ ਕੀ ਆਊਗਾ? ਸੱਸਾ ਕਾਂ। ਕਾਂ ਇੱਕ ਸਰਬਹਾਰੀ ਜਾਨਵਰ ਹੈ। ਨੈਕਸਟ ਸੈਕਿੰਡ ਪ੍ਰਸ਼ਨ ਹੈ, ਬੰਦ ਗੋਭੀ ਦਾ ਕਿਹੜਾ ਭਾਗ ਭੋਜਨ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ? ਪਹਿਲਾ ਆਪਸ਼ਨ ਹੈ ਤਣਾ, ਦੂਸਰਾ ਜੜ੍ਹਾਂ, ਤੀਸਰਾ ਪੱਤੇ, ਚੌਥਾ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਬੇਟਾ ਤੁਹਾਨੂੰ ਸਭ ਨੂੰ ਪਤਾ ਹੈ ਇਸਦਾ ਆਂਸਰ ਕੀ ਆਊਗਾ, ਇਸਦਾ ਆਂਸਰ ਆਊਗਾ ਆਪਣੇ ਕੋਲ ਪੱਤੇ। ਦੇਖੋ ਬੇਟਾ, ਨਾਲ ਤੁਹਾਨੂੰ ਇਸਦੀ ਪਿਕਚਰ ਵੀ ਦਿਖ ਰਹੀ ਹੈ। ਫਸਟ ਪਿਕਚਰ ਦੇ ਵਿੱਚ ਤੁਹਾਨੂੰ ਕਾਂ ਦਿਖ ਰਿਹਾ ਸੀ, ਅਤੇ ਦੂਸਰੀ ਫੋਟੋ ਦੇ ਵਿੱਚ ਤੁਹਾਨੂੰ ਬੰਦ ਗੋਭੀ ਦਿਖ ਰਹੀ ਹੈ। ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ, ਇਹ ਆਪਣਾ ਪੰਜਵਾਂ ਪਾਰਟ ਹੈ ਇਸਦਾ। ਪ੍ਰਸ਼ਨ, ਪਹਿਲਾ ਪ੍ਰਸ਼ਨ ਕੀ ਹੈ, ਸਮੱਗਰੀ ਕੀ ਹੁੰਦੀ ਹੈ? ਭੋਜਨ ਪਦਾਰਥ ਬਣਾਉਣ ਲਈ ਜਿਹੜੇ ਲੋੜੀਂਦੇ ਸਮਾਨ ਆਪਾਂ ਯੂਜ਼ ਕਰਦੇ ਹਾਂ, ਵਰਤਦੇ ਹਾਂ, ਉਸਨੂੰ ਕੀ ਬੋਲਦੇ ਹਾਂ ਆਪਾਂ? ਸਮੱਗਰੀ। ਜਿਵੇਂ ਖੀਰ ਬਣਾਉਣ ਦੇ ਲਈ ਆਪਾਂ ਚੌਲ, ਦੁੱਧ ਅਤੇ ਖੰਡ ਦੀ ਵਰਤੋਂ ਕਰਦੇ ਹਾਂ। ਦੂਸਰਾ ਪ੍ਰਸ਼ਨ ਹੈ, ਦੁੱਧ ਤੋਂ ਬਣਾਏ ਜਾਂਦੇ ਕੋਈ ਤਿੰਨ ਉਤਪਾਦਾਂ ਦੇ ਨਾਮ ਲਿਖੋ। ਤੁਹਾਨੂੰ ਸਭ ਨੂੰ ਪਤਾ ਦੁੱਧ ਤੋਂ ਕੀ ਬਣਦਾ? ਪਨੀਰ, ਦਹੀਂ ਅਤੇ ਖੋਇਆ। ਨੈਕਸਟ ਹੈ, ਭੋਜਨ ਪਦਾਰਥਾਂ ਵਿੱਚ ਮਸਾਲੇ ਵਜੋਂ ਵਰਤੇ ਜਾਂਦੇ ਦੋ ਬੀਜਾਂ ਦੇ ਨਾਮ ਲਿਖੋ। ਭੋਜਨ ਪਦਾਰਥਾਂ ਵਿੱਚ ਮਸਾਲੇ ਵਜੋਂ ਵਰਤੇ ਜਾਂਦੇ ਦੋ ਪਦਾਰਥਾਂ ਦੇ ਨਾਮ ਲਿਖੋ। ਧਨੀਆ, ਕਾਲੀ ਮਿਰਚ ਅਤੇ ਜੀਰਾ। ਭੋਜਨ ਪਦਾਰਥਾਂ ਦੇ ਵਿੱਚ ਮਸਾਲੇ ਵਜੋਂ ਵਰਤੇ ਜਾਣ ਵਾਲੇ ਧਨੀਆ, ਕਾਲੀ ਮਿਰਚ ਅਤੇ ਜੀਰਾ ਇਹ ਬੀਜ ਹਨ। ਦੋ ਬੀਜਾਂ ਦੇ ਨਾਮ ਦੱਸਣੇ ਸੀ, ਧਨੀਆ, ਕਾਲੀ ਮਿਰਚ ਅਤੇ ਜੀਰਾ। ਬੀਜ ਮਨੁੱਖੀ ਭੋਜਨ ਦਾ ਮੁੱਖ ਸਰੋਤ ਕਿਵੇਂ ਹਨ? ਤੁਹਾਨੂੰ ਸਭ ਨੂੰ ਪਤਾ ਹੈ ਸਾਡੇ ਭੋਜਨ ਦਾ ਜ਼ਿਆਦਾਤਰ ਭਾਗ ਅਨਾਜ ਅਤੇ ਦਾਲਾਂ ਦੇ ਰੂਪ ਵਿੱਚ ਹੁੰਦਾ ਹੈ। ਸਾਡੇ ਭੋਜਨ ਦਾ ਜ਼ਿਆਦਾਤਰ ਪਾਰਟ ਅਨਾਜ ਅਤੇ ਦਾਲਾਂ ਦੇ ਰੂਪ ਵਿੱਚ ਹੁੰਦਾ ਹੈ, ਇਸ ਲਈ ਪੌਦਿਆਂ ਦੇ ਬੀਜ ਮਨੁੱਖੀ ਭੋਜਨ ਦਾ ਮੁੱਖ ਸਰੋਤ ਹਨ। ਇਸ ਲਈ ਪੌਦਿਆਂ ਦੇ ਬੀਜ ਮਨੁੱਖੀ ਭੋਜਨ ਦਾ ਮੁੱਖ ਸਰੋਤ ਹਨ। ਜੀਵਤ ਪ੍ਰਾਣੀਆਂ ਲਈ ਭੋਜਨ ਦਾ ਕੀ ਮਹੱਤਵ ਹੈ? ਤੁਹਾਨੂੰ ਸਭ ਨੂੰ ਪਤਾ ਹੈ ਭੋਜਨ ਤੋਂ ਆਪਾਂ ਨੂੰ ਊਰਜਾ ਮਿਲਦੀ ਹੈ, ਭੋਜਨ ਤੋਂ ਆਪਾਂ ਨੂੰ ਕੰਮ ਕਰਨ ਦੀ ਸ਼ਕਤੀ ਮਿਲਦੀ ਹੈ। ਜੀਵਾਂ ਨੂੰ ਕੰਮ ਕਰਨ ਦੇ ਲਈ, ਸਰੀਰਕ ਵਾਧੇ ਦੇ ਲਈ ਊਰਜਾ ਦੀ ਲੋੜ ਹੁੰਦੀ ਹੈ, ਅਤੇ ਇਹ ਊਰਜਾ ਆਪਾਂ ਨੂੰ ਭੋਜਨ ਤੋਂ ਮਿਲਦੀ ਹੈ। ਇਸ ਕਰਕੇ ਜੀਵਤ ਪ੍ਰਾਣੀਆਂ ਲਈ ਭੋਜਨ ਦਾ ਬਹੁਤ ਮਹੱਤਵ ਹੈ। ਜੀਵਤ ਪ੍ਰਾਣੀਆਂ ਲਈ ਇਸ ਕਰਕੇ ਭੋਜਨ ਦਾ ਬਹੁਤ ਮਹੱਤਵ ਹੈ। ਨੈਕਸਟ ਪ੍ਰਸ਼ਨ ਹੈ, ਜਾਨਵਰਾਂ ਤੋਂ ਪ੍ਰਾਪਤ ਕੀਤੇ ਜਾਣ ਵਾਲੇ ਦੋ ਭੋਜਨ ਪਦਾਰਥਾਂ ਬਾਰੇ ਸੰਖੇਪ ਵਿੱਚ ਲਿਖੋ। ਇਹੋ ਜਿਹੇ ਦੋ ਭੋਜਨ ਪਦਾਰਥਾਂ ਦੀ ਗੱਲ ਕਰਨੀ ਹੈ ਆਪਾਂ ਜੋ ਸਿਰਫ ਜਾਨਵਰਾਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ। ਸਭ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਪਤਾ ਦੁੱਧ, ਅਤੇ ਦੂਸਰਾ ਤੁਹਾਨੂੰ ਪਤਾ ਮੀਟ। ਤੁਹਾਨੂੰ ਪਤਾ ਦੁੱਧ ਇੱਕ ਬਹੁਤ ਉਪਯੋਗੀ ਉਤਪਾਦ ਹੈ, ਇਹ ਸਾਨੂੰ ਪਾਲਤੂ ਦੁਧਾਰੂ ਜਾਨਵਰਾਂ ਤੋਂ ਮਿਲਦਾ ਹੈ, ਜਿਵੇਂ ਕਿ ਗਾਂ, ਮੱਝ, ਭੇਡ, ਬੱਕਰੀ ਆਦਿ। ਦੂਸਰਾ ਮੀਟ, ਜਾਨਵਰ ਦੇ ਮਾਸ ਦੀ ਵਰਤੋਂ ਭੋਜਨ ਵਜੋਂ ਕੀਤੀ ਜਾਂਦੀ ਹੈ, ਜਿਵੇਂ ਕਿ ਮੁਰਗਾ, ਬੱਕਰਾ, ਮੱਛੀ ਆਦਿ ਦੇ ਮੀਟ ਵਿੱਚ ਪ੍ਰੋਟੀਨ ਅਤੇ ਚਰਬੀ ਭਰਪੂਰ ਮਾਤਰਾ ਦੇ ਵਿੱਚ ਹੁੰਦੇ ਹਨ।
ਸੱਤਵਾਂ ਵੱਡੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਪ੍ਰਸ਼ਨ ਹੈ ਭੋਜਨ ਸੰਬੰਧੀ ਆਦਤਾਂ ਦੇ ਆਧਾਰ 'ਤੇ ਜਾਨਵਰਾਂ ਨੂੰ ਕਿਸ ਤਰ੍ਹਾਂ ਸ਼੍ਰੇਣੀਬੱਧ ਕੀਤਾ ਗਿਆ ਹੈ। ਆਪਾਂ ਜਾਨਵਰਾਂ ਨੂੰ ਤਿੰਨ ਸ਼੍ਰੇਣੀਆਂ ਦੇ ਵਿੱਚ ਰੱਖਿਆ ਹੋਇਆ ਹੈ। ਸਭ ਤੋਂ ਪਹਿਲੀ ਸ਼੍ਰੇਣੀ ਹੈ ਸ਼ਾਕਾਹਾਰੀ। ਸ਼ਾਕਾਹਾਰੀ ਜਾਨਵਰ ਉਹ ਜਾਨਵਰ ਹਨ ਜਾਂ ਉਹ ਜੀਵ ਹਨ ਜੋ ਆਪਣਾ ਭੋਜਨ ਪੌਦਿਆਂ ਜਾਂ ਉਹਨਾਂ ਦੇ ਉਤਪਾਦਾਂ ਤੋਂ ਪ੍ਰਾਪਤ ਕਰਦੇ ਹਨ, ਜਿਵੇਂ ਗਾਂ, ਮੱਝ, ਬੱਕਰੀ, ਹਾਥੀ। ਮਾਸਾਹਾਰੀ, ਜਿਹੜੇ ਜੀਵ ਆਪਣਾ ਭੋਜਨ ਆਪਣੇ ਭੋਜਨ ਲਈ ਦੂਜੇ ਜੰਤੂਆਂ ਦਾ ਮਾਸ ਖਾਂਦੇ ਹਨ ਉਹਨਾਂ ਨੂੰ ਬੋਲਦੇ ਹਾਂ ਆਪਾਂ ਮਾਸਾਹਾਰੀ, ਜਿਵੇਂ ਸ਼ੇਰ, ਚੀਤਾ, ਸੱਪ, ਛਿਪਕਲੀ ਆਦਿ। ਇੱਕ ਹੁੰਦੇ ਹਨ ਸਰਬ ਆਹਾਰੀ। ਸਰਬ ਆਹਾਰੀ ਕਿਹੜੇ ਹੁੰਦੇ ਹਨ? ਜਿਹੜੇ ਜੀਵ ਆਪਣੇ ਭੋਜਨ ਲਈ ਪੌਦਿਆਂ ਅਤੇ ਜੰਤੂਆਂ ਨੂੰ ਖਾਂਦੇ ਹਨ, ਮਤਲਬ ਸ਼ਾਕਾਹਾਰੀ ਵੀ ਹੋਣ ਅਤੇ ਮਾਸਾਹਾਰੀ ਵੀ ਹੋਣ, ਪੌਦਿਆਂ ਨੂੰ ਵੀ ਖਾਂਦੇ ਹਨ ਅਤੇ ਦੂਸਰੇ ਜੰਤੂਆਂ ਨੂੰ ਵੀ ਖਾਂਦੇ ਹਨ। ਇਹ ਹਨ ਮਨੁੱਖ। ਤੁਹਾਨੂੰ ਪਤਾ ਮਨੁੱਖ ਪੌਦੇ ਵੀ ਖਾਂਦਾ ਹੈ ਅਤੇ ਮਾਸ ਵੀ ਖਾਂਦਾ ਹੈ, ਕੁੱਤਾ, ਕਾਂ ਆਦਿ। ਇਹ ਸਾਰੇ ਪ੍ਰਸ਼ਨ ਉੱਤਰ ਤੁਸੀਂ ਆਪਣੀ ਫੇਅਰ ਨੋਟਬੁੱਕ ਦੇ ਉੱਪਰ ਉਤਾਰ ਲੈਣੇ ਹਨ।